ਸਤਿਕਾਰਯੋਗ ਸਰੋਤਾ ਜਨੋ, ਅੱਜ ਮੈਂ ਆਪ ਜੀ ਦੇ ਸਾਹਮਣੇ ਨੌਜਵਾਨਾਂ ਦਾ ਸਾਡੇ ਘਰ ਪਰਿਵਾਰ ਅੰਦਰ, ਸਾਡੇ ਦੇਸ਼ ਅੰਦਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੀ ਰੋਲ ਹੈ, ਕੀ ਜ਼ਿੰਮੇਵਾਰੀਆਂ ਹਨ, ਇਸ ਦੇ ਬਾਰੇ ਵਿੱਚ ਇੱਕ ਕਵਿਤਾ ਕਹਿਣ ਜਾ ਰਿਹਾ ਹਾਂ। ਨੌਜਵਾਨਾਂ 'ਚ ਹੁੰਦੀ ਅਥਾਹ ਸ਼ਕਤੀ, ਨੌਜਵਾਨਾਂ 'ਚ ਹੁੰਦੀ ਅਥਾਹ ਸ਼ਕਤੀ, ਅਤੇ ਕਰਦੇ ਮਾਣ ਨੇ ਸਾਰੇ ਸੰਸਾਰ ਅੰਦਰ, ਜ਼ਿੰਮੇਵਾਰੀ ਹੈ ਇਹਨਾਂ 'ਤੇ ਬਹੁਤ ਭਾਰੀ, ਦੇਸ਼ ਕੌਮ 'ਤੇ ਹਰ ਪਰਿਵਾਰ ਅੰਦਰ, ਉਸ ਕੰਮ ਨੂੰ ਸਿਰੇ ਲਗਾ ਦਿੰਦੇ ਜਿਹੜਾ ਕਰਨ ਲਈ ਲੈਂਦੇ ਨੇ ਧਾਰ ਅੰਦਰ, ਤੇ ਚੰਗੇ ਪਾਸੇ ਜੇ ਲਾਉਣ ਇਹ ਸੋਚ ਆਪਣੀ, ਖਿੜੀ ਰਹੇ ਬਸੰਤ ਬਹਾਰ ਅੰਦਰ। ਚੰਗੇ ਪਾਸੇ ਜੇ ਲਾਉਣ ਇਹ ਸੋਚ ਆਪਣੀ, ਖਿੜੀ ਰਹੇ ਬਸੰਤ ਬਹਾਰ ਅੰਦਰ। ਕਰਮਸ਼ੀਲ ਜੋ ਹੁੰਦੀ ਏ ਕੌਮ ਜੱਗ 'ਤੇ, ਕਰਮਸ਼ੀਲ ਜੋ ਹੁੰਦੀ ਏ ਕੌਮ ਜੱਗ 'ਤੇ, ਹੁੰਦੇ ਉਸ ਦੀ ਜਿੰਦ 'ਤੇ ਜਾਨ ਗੱਭਰੂ, ਬੜੀਆਂ ਰੀਝਾਂ ਅਤੇ ਬੜਾ ਉਤਸ਼ਾਹ ਹੁੰਦਾ। ਆ ਮੁੱਛਪੁੱਟ ਹੁੰਦੇ ਜਦ ਨੌਜਵਾਨ ਗੱਭਰੂ, ਨੀਤੀ ਨਿਰਣੇ ਨੂੰ ਲਾਗੂ ਕਰਵਾਉਣ ਜਿਹੜੇ, ਹੁੰਦੇ ਕੌਮਾਂ ਦੀ ਸ਼ਕਤੀ ਮਹਾਨ ਗੱਭਰੂ, ਸਮੇਂ ਸਮੇਂ ਇਤਿਹਾਸ ਨੂੰ ਸਿਰਜਦੇ ਨੇ ਵੀਰ ਬਾਂਕੜੇ ਬੜੇ ਬਲਵਾਨ ਗੱਭਰੂ, ਸਮੇਂ ਸਮੇਂ ਇਤਿਹਾਸ ਨੂੰ ਸਿਰਜਦੇ ਨੇ ਵੀਰ ਬਾਂਕੜੇ ਬੜੇ ਬਲਵਾਨ ਗੱਭਰੂ। ਤੋ ਹਰ ਇੱਕ ਪੱਖ ਤੋਂ ਲੜਕਿਆਂ ਨਾਲ ਅੱਜ ਕੱਲ੍ਹ, ਹਰ ਇੱਕ ਪੱਖ ਤੋਂ ਲੜਕਿਆਂ ਨਾਲ ਅੱਜ ਕੱਲ੍ਹ ਆਪਣੀ ਸ਼ਕਤੀ ਵਿਖਾਈ ਹੈ। ਲੜਕੀਆਂ ਨੇ ਕੋਈ ਵਿਸ਼ਾ ਵੀ ਇਹਨਾਂ ਨੇ ਛੱਡਿਆ ਨਹੀਂ, ਕੀਤੀ ਹਰ ਪੜ੍ਹਾਈ ਹੈ ਲੜਕੀਆਂ ਨੇ, ਕੋਈ ਵਿਸ਼ਾ ਵੀ ਇਹਨਾਂ ਨੇ ਛੱਡਿਆ ਨਹੀਂ, ਕੀਤੀ ਹਰ ਪੜ੍ਹਾਈ ਹੈ ਲੜਕੀਆਂ ਨੇ। ਮਲਟੀ ਨੈਸ਼ਨਲ ਕੰਪਨੀਆਂ ਵਿੱਚ ਜਾ ਕੇ ਪਾਈ ਮਾਣ ਵਡਿਆਈ ਹੈ ਲੜਕੀਆਂ ਨੇ, ਤੇ ਹਰ ਖੇਤਰ 'ਚ ਕਰਕੇ ਕੰਮ ਜਾਚਕ ਪੂਰੀ ਧਾਕ ਜਮਾਈ ਹੈ ਲੜਕੀਆਂ ਨੇ, ਹਰ ਖੇਤਰ 'ਚ ਕਰਕੇ ਕੰਮ ਜਾਚਕ ਪੂਰੀ ਧਾਕ ਜਮਾਈ ਹੈ ਲੜਕੀਆਂ ਨੇ। ਅਜੋਕੇ ਸਮੇਂ ਕੰਪਿਊਟਰ ਦੇ ਯੁੱਗ ਅੰਦਰ, ਅਜੋਕੇ ਸਮੇਂ ਕੰਪਿਊਟਰ ਦੇ ਯੁੱਗ ਅੰਦਰ ਪੜ੍ਹਨਾ ਲਿਖਣਾ ਵੀ ਵੱਡੀ ਤਪੱਸਿਆ ਏ, ਤੇ ਪੜ੍ਹ ਲਿਖ ਵੀ ਜਾਂਦੇ ਤਾਂ ਫੇਰ ਅੱਗੋਂ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਏ, ਪੜ੍ਹ ਲਿਖ ਵੀ ਜਾਂਦੇ ਤਾਂ ਫੇਰ ਅੱਗੋਂ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਏ। ਨਹੀਂ ਰੋਸ਼ਨੀ ਦੀ ਕੋਈ ਕਿਰਨ ਦਿਸਦੀ, ਕਾਲੀ ਰਾਤ ਵਾਂਗੂੰ ਸਾਵੇਂ ਮੱਸਿਆ ਏ।
ਦਿਸਦਾ ਨਹੀਂ ਹੈ ਕੋਈ ਭਵਿੱਖ ਅੱਗੋਂ, ਸੋਚਾਂ ਵਾਲੇ ਸ਼ਿਕੰਜੇ ਵਿੱਚ ਕੱਸਿਆ ਏ, ਦਿਸਦਾ ਨਹੀਂ ਹੈ ਕੋਈ ਭਵਿੱਖ ਅੱਗੋਂ, ਸੋਚਾਂ ਵਾਲੇ ਸ਼ਿਕੰਜੇ ਵਿੱਚ ਕੱਸਿਆ ਏ, ਵਧਣ ਫੁੱਲਣ ਇਹ ਸਾਰੇ ਸੰਸਾਰ ਅੰਦਰ, ਵਧਣ ਫੁੱਲਣ ਇਹ ਸਾਰੇ ਸੰਸਾਰ ਅੰਦਰ, ਬਣਦਾ ਇਹਨਾਂ ਨੂੰ ਮਾਣ ਸਤਿਕਾਰ ਦੇਈਏ, ਜੀਵਨ ਜਾਚ ਸਿਖਾਉਣ ਲਈ ਇਹਨਾਂ ਤਾਈਂ ਉੱਚੇ ਸੁੱਚੇ ਤੇ ਨੇਕ ਵਿਚਾਰ ਦੇਈਏ, ਜੀਵਨ ਜਾਚ ਸਿਖਾਉਣ ਲਈ ਇਹਨਾਂ ਤਾਈਂ ਉੱਚੇ ਸੁੱਚੇ ਤੇ ਨੇਕ ਵਿਚਾਰ ਦੇਈਏ, ਨੌਜਵਾਨ ਸਭ ਪੈਰਾਂ ਤੇ ਖੜੇ ਹੋਵਣ, ਹਿੰਮਤ ਹੌਸਲਾ ਅਤੇ ਪਿਆਰ ਦੇਈਏ, ਤੇ ਪੜ੍ਹ ਲਿਖ ਕੇ ਵਿਹਲੇ ਜੋ ਘੁੰਮ ਰਹੇ ਨੇ, ਜਾਚ ਕੇ ਉਹਨਾਂ ਦੇ ਤਾਈਂ ਰੁਜ਼ਗਾਰ ਦੇਈਏ, ਪੜ੍ਹ ਲਿਖ ਕੇ ਵਿਹਲੇ ਜੋ ਘੁੰਮ ਰਹੇ ਨੇ, ਜਾਚ ਕੇ ਉਹਨਾਂ ਦੇ ਤਾਈਂ ਰੁਜ਼ਗਾਰ ਦੇਈਏ, ਜਾਚ ਕੇ ਉਹਨਾਂ ਦੇ ਤਾਈਂ ਰੁਜ਼ਗਾਰ ਦੇਈਏ, ਜਾਚ ਕੇ ਉਹਨਾਂ ਦੇ ਤਾਈਂ ਰੁਜ਼ਗਾਰ ਦੇਈਏ।